ਝੋਨਾ ਬੀਜਣ ਦਾ ਸਮਾਂ ਨੇੜੇ ਆ ਗਿਆ। ਪੰਜਾਬ ਸਰਕਾਰ ਨੇ ਜਿਹੜੀ ਨੋਟੀਫਿਕੇਸ਼ਨ ਜਾਰੀ ਕਰਤੀ, ਕਿਸਾਨਾਂ ਨੂੰ ਸਹੀ ਬੀਜ ਉਹ ਕਿੱਥੋਂ ਲੈਣਗੇ ਔਰ ਕਿੱਦਾਂ ਆਪਣੀ ਫਸਲ ਨੂੰ ਜਿਹੜੀ ਆ ਬੀਜਣਗੇ। ਕਿਸਾਨ ਭਰਾਓ, ਝੋਨੇ ਦਾ ਵੱਧ ਝਾੜ ਲੈਣ ਵਾਸਤੇ ਹਮੇਸ਼ਾ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਸੁਧਰੀਆਂ ਕਿਸਮਾਂ ਦਾ ਬੀਜ ਹੀ ਬੀਜੋ। ਸੋ ਸਹੀ ਬੀਜ ਲੈਣ ਵਾਸਤੇ ਬੀਜ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਓ। ਪੰਜਾਬ ਖੇਤੀ ਅਸੀਂ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੀਆਂ ਨਵੀਆਂ ਵੱਖ ਵੱਖ ਕਿਸਮਾਂ ਦੇ ਬੀਜ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਬੰਧ ਕੀਤਾ ਹੈ, ਜਿਨ੍ਹਾਂ ਦੇ ਵਿੱਚ ਇਹ ਜਿਹੜਾ ਬੀਜ ਆ ਸਾਡਾ ਲੁਧਿਆਣੇ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਗੇਟ ਨੰਬਰ 1 ਦੇ ਉੱਤੇ ਬੀਜਾਂ ਦੀ ਦੁਕਾਨ ਆ, ਇੱਥੋਂ ਬੀਜ ਮਿਲ ਰਿਹਾ ਹੈ। ਇਹ ਜਿਹੜੀ ਦੁਕਾਨ ਆ 7 ਦਿਨ ਹਫ਼ਤੇ ਦੇ 7 ਦਿਨ ਖੁੱਲ੍ਹੀ ਰਹਿੰਦੀ ਆ, ਅਤੇ ਇੱਥੋਂ ਅਸੀਂ ਵੱਖ ਵੱਖ ਕਿਸਮਾਂ ਜਿਨ੍ਹਾਂ ਦੇ ਵਿੱਚ ਪਰਮਲ ਝੋਨੇ ਦੀਆਂ PR 114, PR 121, PR 122, PR 124, PR 126 ਅਤੇ PR 127 ਕਿਸਮਾਂ ਦਾ ਜਿਹੜਾ ਬੀਜ ਆ ਉਹ ਕਿਸਾਨਾਂ ਨੂੰ ਦੇ ਰਹੇ ਹਾਂ। ਇਸ ਤੋਂ ਇਲਾਵਾ ਬਾਸਮਤੀ ਦੀਆਂ ਜਿਹੜੀਆਂ ਕਿਸਮਾਂ ਵਾ ਉਹ ਪੰਜਾਬ ਬਾਸਮਤੀ 2, ਪੰਜਾਬ ਬਾਸਮਤੀ 3, 4 2 ਨਵੀਆਂ ਕਿਸਮਾਂ 4 ਅਤੇ 5 ਕੱਢੀਆਂ ਗਈਆਂ। ਇਸ ਤੋਂ ਇਲਾਵਾ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਤੋਂ ਇਲਾਵਾ CSR 30 ਦਾ ਜਿਹੜਾ ਬੀਜ ਆ ਉਹ ਇੱਥੋਂ ਦੁਕਾਨ ਦੇ ਉੱਤੋਂ ਅਸੀਂ ਦੇ ਰਹੇ ਹਾਂ। ਸਰ ਲੁਧਿਆਣੇ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਿਹੜੇ ਬੀਜ ਅਵੇਲੇਬਲ ਨੇ, ਕਿਉਂਕਿ ਕਿਸਾਨ ਜ਼ਿਆਦਾਤਰ ਪਿੰਡਾਂ ਜਾਂ ਕੋਈ ਦੁਕਾਨਾਂ ਤੋਂ ਅਜਿਹੇ ਤੋਂ ਲੈ ਲੈਂਦੇ ਨੇ, ਕਾਫੀ ਨੁਕਸਾਨ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸੋ ਸਾਡੀ ਲੁਧਿਆਣੇ ਬੀਜਾਂ ਵਾਲੀ ਦੁਕਾਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ, ਬੀਜ ਫਾਰਮਾਂ ਤੋਂ, ਸਾਡੇ ਖੋਜ ਕੇਂਦਰਾਂ ਅਤੇ ਜਿਹੜੇ ਫਾਰਮ ਸਲਾਹਕਾਰ ਸੇਵਾ ਕੇਂਦਰ ਆ ਇਹਨਾਂ ਤੋਂ ਕਿਸਾਨ ਵੀਰ ਇਹਨਾਂ ਜਿਹੜੀਆਂ ਸੁਧਰੀਆਂ ਕਿਸਮਾਂ ਦਾ ਬੀਜ ਲੈ ਸਕਦੇ ਆ। ਸੋ ਇਹਨਾਂ ਬੀਜ ਲੈ ਕੇ ਉਹਨਾਂ ਦੇ ਵਿੱਚੋਂ ਪ੍ਰੋਪਰ ਜਾਣਕਾਰੀ ਵੀ ਸਾਡੇ ਸਾਇੰਟਿਸਟ ਉਹਨਾਂ ਨੂੰ ਜਾਣਕਾਰੀ ਦੇ ਰਹੇ, ਉਹਨਾਂ ਦੀ ਬਿਜਾਈ ਕਦੋਂ ਕਰਨੀ ਆ ਤਾਂ ਕਿ ਪੂਰੀ ਕਿੰਨੀਆਂ ਖਾਦਾਂ ਪਾਉਣੀਆਂ, ਸਾਰੀ ਉਹਨਾਂ ਦੇ ਵਿੱਚ ਜਿਹੜੀ ਤਕਨੀਕੀ ਜਾਣਕਾਰੀ ਦੇ ਲੈ ਕੇ ਕਿਸਾਨ ਵੀਰ ਇਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਲਾਭ ਉਠਾ ਸਕਦੇ ਆ। ਸੋ ਉਹਨਾਂ ਨੂੰ ਹਮੇਸ਼ਾ ਹੀ ਬੀਜ ਸੁਧਰਿਆ ਬੀਜ ਲੈਣਾ ਚਾਹੀਦਾ ਤਾਂ ਕਿ ਜਿਹੜੇ ਪ੍ਰਾਈਵੇਟ ਜਿਹੜਾ ਕਈ ਉੱਦਾਂ ਦੁਕਾਨਾਂ ਤੋਂ ਜਿਹੜੀਆਂ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਜਿਹੜਾ ਬੀਜ ਲੈ ਕੇ ਬੀਜ ਲੈਂਦੇ ਆ ਉਹਨਾਂ ਤੋਂ ਮੇਰਾ ਖਿਆਲ ਹੈ ਗਰੇਜ ਕਰਨਾ ਚਾਹੀਦਾ। ਇਹਦੀ ਜਿਹੜੀ ਪਨੀਰੀ ਝੋਨੇ ਦੀਆਂ ਜਿਹੜੀਆਂ ਪਰਮਲ ਕਿਸਮਾਂ ਦੀ ਜਿਹੜੀ ਪਨੀਰੀ ਬੀਜਣ ਦਾ ਜਿਹੜਾ ਢੁੱਕਵਾਂ ਸਮਾਂ ਵਾ 20 ਜੂਨ ਤੋਂ ਇਹਦੀ ਬਿਜਾਈ ਜਿਹੜੀ ਆ ਪਨੀਰੀ ਦੀ ਸ਼ੁਰੂ ਕਰਨੀ ਚਾਹੀਦੀ ਆ, ਅਤੇ ਉਸ ਤੋਂ ਬਾਅਦ ਜਿਹੜੀ ਇਹਦੀ ਖੇਤ ਦੇ ਵਿੱਚ ਟਰਾਂਸਪਲਾਂਟਿੰਗ ਆ ਉਹ 20 ਜੂਨ ਨੂੰ ਕਰਨੀ ਚਾਹੀਦੀ ਆ, ਅਤੇ ਜਿਹੜੀ ਪਨੀਰੀ ਬੀਜਣੀ ਉਹ 20 ਮਈ ਤੋਂ ਸ਼ੁਰੂ ਕਰਨੀ ਚਾਹੀਦੀ ਆ। ਇਸ ਤੋਂ ਇਲਾਵਾ ਕਿਸਾਨ ਜਿਹੜੇ ਕਾਫੀ ਪਰੇਸ਼ਾਨ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਸਹੀ ਪ੍ਰੋਪਰ ਮਿਲ ਪਾਉਂਦਾ, ਕਿਉਂਕਿ ਤੁਸੀਂ ਬੀਜਾਂ ਬਾਰੇ ਜਾਣਕਾਰੀ ਦਿੰਦੇ ਹੋ, ਹੋਰ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਕਿਸਾਨ ਨੂੰ? ਮੈਂ ਕਿਸਾਨ ਵੀਰਾਂ ਨੂੰ ਬੀਜਾਂ ਤੋਂ ਇੱਕ ਤਾਂ ਜਾਣਕਾਰੀ ਦਿੰਦੇ ਨੇ ਵੀ ਸੁਧਰੇ ਬੀਜ ਪ੍ਰਮਾਣਿਤ ਕਿਸਮਾਂ ਦੇ ਹੀ ਬੀਜੇ ਜਾਣ, ਅਣਪ੍ਰਮਾਣਿਤ ਕਿਸਮਾਂ ਦੀ ਜਿਹੜੀ ਆ ਉਹ ਬੀਜ ਨਾ ਬੀਜੇ ਜਾਣ, ਕਿਉਂਕਿ ਉਹਨਾਂ ਦੇ ਨਾਲ ਕਈ ਵਾਰਾਂ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਤਾਂ ਇਸ ਤਰ੍ਹਾਂ ਝਾੜ ਵੀ ਨਹੀਂ ਹੁੰਦਾ, ਕਿਸਾਨਾਂ ਵੀਰਾਂ ਦਾ ਨੁਕਸਾਨ ਹੁੰਦਾ। ਸੋ ਇਹਦੇ ਵਾਸਤੇ ਅਸੀਂ ਜਿਹੜੀ ਯੂਨੀਵਰਸਿਟੀ ਵੱਲੋਂ PR 126 ਕਿਸਮ ਕੱਢੀ ਆ, ਇਹ ਕਿਸਮ ਬਹੁਤ ਵਧੀਆ ਵਾ, ਕਿਉਂਕਿ ਇਹ ਜਿਹੜੀ ਆ ਕਿਸਮ ਥੋੜ੍ਹਾ ਸਮਾਂ ਲੈਂਦੀ, 123 ਦਿਨਾਂ ਦੇ ਵਿੱਚ ਇਹ ਬੀਜਣ ਤੋਂ ਲੈ ਕੇ ਤਾਂ ਵੱਢਣ ਲਈ ਤਿਆਰ ਹੋ ਜਾਂਦੀ ਆ, ਅਤੇ ਘੱਟ ਸਮਾਂ ਲੈਣ ਕਰਕੇ ਪਾਣੀ ਦੀ ਬਚਤ ਵੀ ਹੁੰਦੀ ਆ, ਅਤੇ ਦੂਸਰਾ ਜਿਹੜੇ ਕਿਸਾਨ ਵੀਰ 3 ਫਸਲਾਂ ਲੈਣਾ ਚਾਹੁੰਦੇ ਆ ਝੋਨੇ ਤੋਂ ਬਾਅਦ, ਆਲੂ ਬੀਜਣਾ ਚਾਹੁੰਦੇ ਆ ਜਾਂ ਕੋਈ ਮਟਰ ਜਾਂ ਪੱਠੇ ਬੀਜਣਾ ਚਾਹੁੰਦੇ, ਉਹਦੇ ਵਾਸਤੇ ਥੋੜ੍ਹੇ ਸਮੇਂ ਵਾਲੀ ਕਿਸਮ ਬਹੁਤ ਹੀ ਵਧੀਆ। ਸਮੇਂ ਸਮੇਂ ਦੇ ਉੱਤੇ ਅਸੀਂ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਾਂ, ਅਤੇ ਇਹਦਾ ਜਿਹੜਾ ਝਾੜ ਵੀ ਬਹੁਤ ਵਧੀਆ ਵਧੀਆ ਨਿਕਲਦਾ ਕਿਸਮ ਦਾ, ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਝੁਲਸ ਰੋਗ ਨੂੰ ਸਹਿਣ ਕਰਨ ਦੀ ਵੀ ਬਹੁਤ ਸਮਰੱਥਾ ਹੈਗੀ ਇਹਦੇ ਵਿੱਚ। ਸੋ ਇਹ ਜਿਹੜੀ ਕਿਸਮ ਬੀਜਣ ਦੇ ਨਾਲ ਸਾਡੇ ਪਾਣੀ ਦੀ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਬਚਤ ਹੁੰਦੀ ਆ, ਅਤੇ ਨਾਲ ਉਸ ਤੋਂ ਬਾਅਦ ਝੋਨੇ ਦੀ ਪਰਾਲੀ ਸਾਂਭਣ ਲਈ ਵੀ ਜਿਹੜਾ ਵਾ ਕਿਸਾਨ ਵੀਰਾਂ ਨੂੰ ਇਹਦੇ ਵਿੱਚੋਂ ਗੇਤੀ ਹੋਣ ਕਰਕੇ ਕਾਫੀ ਸਮਾਂ ਮਿਲ ਜਾਂਦਾ।